ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜੀਤ ਹਰਜੀਤ ਲੈ ਕੇ ਹਾਜ਼ਰ ਹਾਂ ਕੁਲਦੀਪ ਸਿੰਘ ਬੇਦੀ ਦੀ ਕਹਾਣੀ ਬਾਬੂ ਰਾਮ ਉਦਾਸ ਹੈ। ਉਮੀਦ ਹੈ ਤੁਸੀਂ ਕਹਾਣੀ ਨੂੰ ਪਸੰਦ ਕਰੋਗੇ। ਬਾਬੂ ਰਾਮ ਨੇ ਜਦੋਂ ਅੱਜ ਦੀ ਅਖਬਾਰ ਮੇਰੇ ਅੱਗੇ ਲਿਆ ਕੇ ਰੱਖੀ ਤਾਂ ਮੈਂ ਆਪਣੀ ਆਦਤ ਮੁਤਾਬਕ ਉਸ ਵੱਲ ਵੇਖੇ ਬਿਨਾਂ ਹੀ ਪੁੱਛਿਆ, ਬਾਬੂ ਰਾਮ ਸੁਣਾ ਕੀ ਹਾਲ ਏ। ਬਾਬੂ ਰਾਮ ਬੜੀ ਹੌਲੀ ਆਵਾਜ਼ ਵਿੱਚ ਕੁਝ ਬੋਲਿਆ ਜੋ ਮੈਨੂੰ ਸਮਝ ਨਹੀਂ ਆਇਆ। ਮੈਂ ਨਜ਼ਰਾਂ ਉੱਪਰ ਚੁੱਕ ਕੇ ਉਸ ਵੱਲ ਵੇਖਣਾ ਚਾਹਿਆ ਤਾਂ ਉਹ ਪਾਸਾ ਪਰਤ ਕੇ ਕਮਰੇ 'ਚੋਂ ਬਾਹਰ ਨਿਕਲ ਚੁੱਕਾ ਸੀ। ਮੈਂ ਬਾਰੀ ਵਿੱਚੋਂ ਬਾਹਰ ਦੇਖਿਆ ਤਾਂ ਆਪਣੇ ਬਰਾਂਡੇ ਵਿੱਚ ਪਈ ਬੈਂਚ ਉੱਤੇ ਨਿੰਮ ਝੂਣਾ ਹੋ ਕੇ ਬੈਠਾ ਸੀ। ਇਹ ਕੀ ਹੋਇਆ ਅੱਜ ਬਾਬੂ ਰਾਮ ਨੂੰ? ਉਦਾਸੀ ਦੀ ਇੱਕ ਪਰਤ ਉਸਦੇ ਚਿਹਰੇ ਉੱਤੇ ਚਿਪਕੀ ਹੋਈ ਸੀ। ਉਂਝ ਕਦੇ ਵੀ ਉਦਾਸ ਨਹੀਂ ਸੀ ਹੋਇਆ। 70-72 ਸਾਲ ਦੀ ਉਮਰ ਨੂੰ ਢੁੱਕਿਆ ਬਾਬੂ ਰਾਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਸੀ। ਉਸਦਾ ਪਤਲਾ ਜਿਸਮ ਬੇਸ਼ੱਕ ਬੜਾ ਕਮਜ਼ੋਰ ਜਾਪਦਾ ਸੀ, ਪਰ ਉਹ ਬੜਾ ਮਜ਼ਬੂਤ ਅਤੇ ਚੁਸਤ ਬੰਦਾ ਸੀ। ਕਈ ਵਾਰ ਚਾਹ ਦਾ ਕੱਪ ਫੜਾਉਂਦਿਆਂ ਉਸਦੇ ਹੱਥ ਕੰਬਦੇ, ਪਰ ਇਸਦੇ ਬਾਵਜੂਦ ਉਸਨੇ ਕਦੇ ਕੋਈ ਨੁਕਸਾਨ ਨਹੀਂ ਸੀ ਕੀਤਾ। ਮੈਂ ਉੱਠ ਕੇ ਬਾਹਰ ਬਰਾਂਡੇ ਵਿੱਚ ਆਇਆ। ਮਨ ਅੰਦਰ ਭਰੀ ਉਦਾਸੀ ਬਾਬੂ ਰਾਮ ਨੂੰ ਦੇਖ ਕੇ, ਕਿਤੇ ਇਹ ਬਿਮਾਰ ਤਾਂ ਨਹੀਂ ਹੋ ਗਿਆ? ਬਾਬੂ ਰਾਮ, ਚਿੱਤ ਤਾਂ ਠੀਕ ਅੱਜ ਤੇਰਾ? ਉਹ ਕੁਝ ਪਲ ਚੁੱਪ ਰਹਿਣ ਪਿੱਛੋਂ ਕਹਿਣ ਲੱਗਾ, ਮੈਂ ਅੱਜ ਕਾ ਅਖਬਾਰ ਨਹੀਂ ਦੇਖ ਸਕਾ, ਅਗਰ ਦੇਖਤਾ ਤਾਂ ਮੇਰਾ ਰੋਣਾ ਨਿਕਲ ਆਤਾ। ਕਿਉਂ? ਮੈਂ ਉਸਦੇ ਚਿਹਰੇ ਵੱਲ ਦੇਖਿਆ। ਮੋਟੇ ਫੁੱਲੇ ਨੱਕ ਅਤੇ ਨਿੱਕੀਆਂ ਅੱਖਾਂ ਵਾਲੇ ਬਾਬੂ ਰਾਮ ਨੇ ਬਾਹਰ ਦੇਖਿਆ। ਇਸਮੇ ਆਜ ਹਮਾਰੀ ਪੋਤੀ ਕੀ ਫੋਟੋ ਛਪੀ ਹੈ, ਵੋ ਵੀ ਰੇਲ ਹਾਦਸਾ ਮੇਂ ਚੱਲ ਵਸੀ। ਬਾਬੂ ਰਾਮ ਦੀ ਆਵਾਜ਼ ਘਗਿਆ ਗਈ। 2-3 ਦਿਨ ਪਹਿਲਾਂ ਦੇਸ਼ ਵਿੱਚ ਵਾਪਰਿਆ ਰੇਲ ਹਾਦਸਾ ਲੂਣ ਕੰਢੇ ਖੜ੍ਹੇ ਕਰਨ ਵਾਲਾ ਸੀ। ਹਰ ਦੇਸ਼ਵਾਸੀ ਇਸ ਹਾਦਸੇ ਨਾਲ ਦਹਿਲ ਗਿਆ ਸੀ। ਇਸ ਵੱਡੇ ਹਾਦਸੇ ਵਿੱਚ ਸੈਂਕੜੇ ਲੋਕ ਮਾਰੇ ਗਏ ਸਨ। ਮਰਨ ਵਾਲਿਆਂ ਦੇ ਸਾਖ ਸੰਬੰਧੀ ਤਾਂ ਵਧੇਰੇ ਹੀ ਉਦਾਸ ਸਨ, ਪਰ ਜਿਹੜਾ ਵੀ ਸੁਣਦਾ ਉਹੀ ਹੌਂਕਾ ਭਰਦਾ। ਮਰਨ ਵਾਲਿਆਂ ਵਿੱਚ ਹੀ ਸੀ ਬਾਬੂ ਰਾਮ ਦੀ ਪੋਤੀ। ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ। ਮੈਂ ਬਾਬੂ ਰਾਮ ਨੂੰ ਜਿੰਨਾ ਕੁ ਜਾਣਦਾ ਸੀ, ਉਹ ਇਸ ਹਿਸਾਬ ਨਾਲ ਜ਼ਿੰਦਗੀ ਵਿੱਚ ਉਸਨੂੰ ਇਕੱਲੇ ਕਾਰੇ ਨੂੰ ਹੀ ਦੇਖਿਆ ਸੀ। ਬਾਬੂ ਰਾਮ ਮੇਰੇ ਇੱਕ ਦੋਸਤ ਦੇ ਸਕੂਲ ਵਿੱਚ ਸੇਵਾਦਾਰ ਦੀ ਨੌਕਰੀ ਕਰਦਾ ਹੈ। ਨੌਕਰੀ ਨਹੀਂ ਕਰਦਾ, ਸਗੋਂ ਉਹ ਇਸ ਦੋਸਤ ਦੇ ਪਰਿਵਾਰ ਦਾ ਹੀ ਇੱਕ ਮੈਂਬਰ ਹੀ ਹੈ। ਮੀਂਹ ਜਾਵੇ, ਹਨੇਰੀ ਜਾਵੇ, ਐਤਵਾਰ ਹੋਵੇ ਜਾਂ ਕੋਈ ਛੁੱਟੀ ਵਾਲਾ ਦਿਨ, ਬਾਬੂ ਰਾਮ ਹਰ ਸਮੇਂ ਹਰ ਦਿਨ ਤੁਹਾਨੂੰ ਇਸ ਸਕੂਲ ਵਿੱਚ ਹੀ ਮਿਲੇਗਾ। ਮੈਂ ਜਦੋਂ ਵੀ ਆਪਣੇ ਮਿੱਤਰ ਨੂੰ ਮਿਲਣ ਜਾਂਦਾ ਤਾਂ ਬਾਬੂ ਰਾਮ ਨੇ ਬਿਨਾਂ ਪੁੱਛਿਆਂ ਹੀ ਚਾਹ ਲੈਣ ਤੁਰ ਜਾਣਾ। ਮੇਰੇ ਦੋਸਤ ਨੇ ਇੱਕ ਵਾਰੀ ਬਾਬੂ ਰਾਮ ਬਾਰੇ ਦੱਸਿਆ ਕਿ ਬਾਬੂ ਰਾਮ ਜ਼ਿੰਦਗੀ ਵਿੱਚ ਇਕੱਲਾ ਹੈ। ਉਸਦੀ ਇੱਕ ਭੈਣ ਕਦੇ ਕਦੇ ਉਸ ਕੋਲ ਆ ਕੇ ਦੁੱਖ ਸੁੱਖ ਕਰ ਜਾਂਦੀ ਹੈ। ਉਸਦਾ ਕੋਈ ਪੁੱਤਰ ਨਹੀਂ ਸੀ, ਨਾ ਧੀ ਤੋਰਨੀ ਸੀ, ਨਾ ਨੂੰਹ ਵਿਆਹ ਕੇ ਲਿਆਉਣੀ। ਇਹ ਵੀ ਗੱਲ ਨਹੀਂ ਸੀ ਕਿ ਬਾਬੂ ਰਾਮ ਦਾ ਕੋਈ ਆਪਣਾ ਘਰ ਨਹੀਂ ਸੀ। ਸਕੂਲ ਵਿੱਚ ਵੱਧੋ ਵੱਧ ਟਾਈਮ ਬਿਤਾਉਣ ਦੇ ਬਾਵਜੂਦ ਉਹ ਰਾਤ ਗਏ ਆਪਣੀ ਕੋਠੜੀ ਵਿੱਚ ਪਰਤ ਜਾਂਦਾ, ਪਰ ਸੂਰਜ ਦੀ ਪਹਿਲੀ ਕਿਰਨ ਨਾਲ ਉਹ ਸਕੂਲ ਦਾ ਗੇਟ ਖੋਲ੍ਹਦਾ। ਗਰਮੀਆਂ ਹੋਣ ਤਾਂ ਸਕੂਲ ਦੇ ਵਿਹੜੇ ਵਿੱਚ ਪਾਣੀ ਦਾ ਛਿੜਕਾਅ ਕਰਦਾ, ਕਮਰਿਆਂ ਦੇ ਤਾਲੇ ਖੋਲ੍ਹਦਾ। ਇੰਨੀ ਦੇਰ ਵੱਗੀਆਂ ਵਾਲੇ ਆ ਜਾਂਦੇ, ਆਪੋ ਆਪਣੇ ਰਿਕਸ਼ੇ ਕੱਢਦੇ ਅਤੇ ਬੱਚਿਆਂ ਨੂੰ ਘਰੋਂ ਘਰ ਲੈਣ ਤੁਰ ਪੈਂਦੇ। ਬਾਬੂ ਰਾਮ ਇੱਕ ਇੱਕ ਕਮਰੇ ਅੰਦਰ ਵੜਦਾ, ਸਫਾਈ ਸੇਵਿਕਾ ਕਮਰਿਆਂ ਦੀ ਸਫਾਈ ਕਰਦੀ ਜਾਂਦੀ। ਬਾਬੂ ਰਾਮ ਕੱਪੜਾ ਲੈ ਕੇ ਇੱਕ ਇੱਕ ਡੈਸਕ 'ਤੇ ਬਲੈਕ ਬੋਰਡ ਸਾਫ਼ ਕਰਦਾ। ਸਾਰੇ ਕਮਰਿਆਂ ਦੀ ਸਫਾਈ ਕਰਨ ਪਿੱਛੋਂ ਉਹ ਕਾਮਨ ਰੂਮ ਵਿੱਚ ਜਾਂਦਾ। ਨਿੱਕੇ ਨਿੱਕੇ ਬੱਚਿਆਂ ਲਈ ਉੱਥੇ ਪਏ ਖਿਡੌਣਿਆਂ, ਘੋੜਾ ਗੱਡੀਆਂ ਅਤੇ ਕੈਰਮ ਬੋਰਡ ਨੂੰ ਸਾਫ਼ ਕਰਦਾ। ਫਿਰ ਉਹ ਸਕੂਲ ਦੀ ਘੰਟੀ ਵਜਾਉਣ ਤੱਕ ਬਾਹਰ ਇੱਕ ਚਾਹ ਦੀ ਦੁਕਾਨ ਉੱਤੇ ਇੱਕ ਡਬਲ ਰੋਟੀ ਦਾ ਬੰਦ ਅਤੇ ਇੱਕ ਕੱਪ ਚਾਹ ਪੀਂਦਾ। ਉਸਦੇ ਮੁੜ ਸਕੂਲ ਅੱਪੜਨ ਤੱਕ ਸਟਾਫ ਅਤੇ ਬੱਚਿਆਂ ਦਾ ਆਉਣਾ ਸ਼ੁਰੂ ਹੋ ਜਾਂਦਾ। ਨਿੱਕੇ ਨਿੱਕੇ ਬੱਚਿਆਂ ਨੂੰ ਬਾਬੂ ਰਾਮ ਸਭ ਨਾਲੋਂ ਵਧੇਰੇ ਪਸੰਦ ਸੀ। ਬਾਬੂ ਰਾਮ ਖੁਦ ਵੀ ਉਹਨਾਂ ਦੇ ਨਿੱਕੇ ਨਿੱਕੇ ਕੰਮਾਂ ਵਿੱਚ ਪਰਚਿਆ ਰਹਿੰਦਾ ਸੀ। ਪ੍ਰੀ ਨਰਸਰੀ ਦੇ ਨਿੱਕੇ ਨਿੱਕੇ ਬੱਚਿਆਂ ਨੂੰ ਤਾਂ ਕਈ ਵਾਰ ਉਹ ਆਪ ਹੀ ਘਰੋਂ ਲੈਣ ਜਾਂਦਾ ਅਤੇ ਫਿਰ 12 ਵੱਜਦਿਆਂ ਨੂੰ ਉਹ ਘਰੋਂ ਘਰ ਛੱਡਣ ਚਲਾ ਜਾਂਦਾ। ਇਸ ਦੌਰਾਨ ਜੇ ਕਿਸੇ ਬੱਚੇ ਨੂੰ ਪਾਣੀ ਦੀ ਲੋੜ ਪੈਂਦੀ ਤਾਂ ਉਸਨੂੰ ਪਾਣੀ ਪਿਲਾਉਂਦਾ, ਜੇ ਕੋਈ ਬੱਚਾ ਰੋਂਦਾ ਤਾਂ ਉਸਨੂੰ ਟੌਫੀਆਂ ਦੇ ਕੇ ਵਰਾ ਰਿਹਾ ਹੁੰਦਾ। ਜੇ ਕਦੇ ਕਿਸੇ ਛੋਟੇ ਬੱਚੇ ਨੇ ਪਿਸ਼ਾਬ ਨਾਲ ਆਪਣੀ ਨਿੱਕਰ ਭਿਉਂ ਲਈ ਹੁੰਦੀ ਤਾਂ ਉਸਦੀ ਨਿੱਕਰ ਬਦਲ ਰਿਹਾ ਹੁੰਦਾ। ਕਿਸੇ ਬੱਚੇ ਨੂੰ ਪਿਸ਼ਾਬ ਦੀ ਹਾਜ਼ਤ ਹੁੰਦੀ ਤਾਂ ਬਾਥਰੂਮ ਦੇ ਬਾਹਰ ਪਜਾਮੇ ਨੂੰ ਫੜ ਕੇ ਖਿੱਚਦਾ। ਬਾਬੂ ਰਾਮ ਉਸਨੂੰ ਪਿਸ਼ਾਬ
खाने विच लै जांदा। मैं सब कुछ देखदा तां बाबू राम कहिंदा, बाबू राम तैनूं इन्हां बच्चां नाल काम करदा कदे खिज नहीं चढ़दी? बाबू राम ने कहना, आप नहीं जानते ये बच्चे मुझे बड़े अच्छे लगते हैं, इनकी सेवा मैं इसलिए करता हूँ ये आगे बढ़ सके, तरक्की कर सके, कभी हमें भी याद करेंगे। अगर मैं इस काम समझ के करूँ तो ये मुझे बड़ा मुश्किल लगेगा, मैं तो सेवा भावना से ये सब कुछ करता हूँ। बाबू राम के चेहरे उत्ते अजीब जही तसल्ली नज़र आती। बाबू राम पंजाबी चंगी तरह समझ लैंदा सी, पर दुख पर बहुत देर पर बहुत देर यूपी विच रहन करके पंजाबी नहीं बोलता सी। बाबू राम ने जदों हुण ये आख्या कि उसकी पोती की फोटो अखबार में छपी है तो मैं हैरान सा कि उसकी पोती कित्थों आई। अज तक बाबू राम ने कदे अपने किसी पुत्र या धी का जिक्र नहीं सी कीता, फिर पोती का तो सवाल ही नहीं उठता। बाबू राम चाह लैन चलिया गया सी, मेरा दोस्त क्लास पढ़ा के मेरे को आ बैठा। मैं उस नाल बाबू राम की उदासी की गल की। दोस्त का कहना सी कि रेल हादसे में मरण वाली बबली बाबू राम के गवांढ रहिंदी सी, उसकी पोतरी नहीं सी। बाबू राम उस नाल छोटी हुंदी तो प्यार करता सी। बबली बड़ी होनहार खिडारन सी, अपने स्कूल वालों कौमी खेडों में हिस्सा लैण लई खिडारना नाल गई हुई सी। वह एक चंगी दौड़ाक सी, स्कूल दीआं विद्यार्थां ते अध्यापकां मैं उस नाल अथाह प्यार करदियां। खेड दे मैदान विच जदों बाकी खिडारना नाल दौड़ती तां सब नूं पछाण छड जांदी, हिरनी वांगू वड्डे वड्डे कदमां नूं तेजी नाल अगे वधाउंदी जिवें उह सारी धरती नूं अपने कदमां नाल मिला लैणा चाहुंदी होवे। उसदे कोच अते प्रिंसीपल उसनूं इस होनहार खिडारन उत्ते बड़ा माण सी। नाल गईआं खिडारना विचों सिर्फ बबली ही इस होनी दा शिकार होई, उंज बाकी दीआं खिडारना जख्मी हो गईआं सन। रेल हादसे विच मरन वाले मुसाफरां दे रिश्तेदार तां उदास ही सन, पर खिडारी देश दा सांझा सरमाया हुंदे हन, उन्हां दी मौत उत्ते देश दा हर वासी मातम मनाउंदा है। यही वजह सी कि जदों बबली दे मृतक शरीर नूं उसदे स्कूल दे बाहर लिआंदा गया तां उसनूं सरधांजलि देण लई इक भीड़ जमा सी, हर अख भिजी हुई सी। इस भीड़ विच शामिल सन बबली दीआं साथणां, स्कूल दीआं सारीआं विद्यार्थणां, अध्यापकां, जिले दे उच्च अफसर ते होर बहुत सारे लोग। उदासी दा इक गंभीर आलम सी। मासूम विद्यार्थणां अध्यापकां दे मोढ़ां नाल लग लग के डुसक रहीआं सन। टीवी दे कैमरे इस सारे गमहीन माहौल नूं कैद कर रहे सन, पर बाबू राम कित्थे सी? मैं भी उस वेले उत्थे ही सां। वैन दे लागे जाके मैं बबली दे चेहरे नूं देखणा चाहुंदा सी, पर उसदे चीथड़े हो गए सन। देह नूं इक बक्से विच बंद कीता होया सी। किथे सी बबली दा वजूद? बबली दा वजूद तां वैन दे बाहर खड़ोती भीड़ दे चेहरिआं उत्ते फैलिया होया सी, पर बाबू राम कित्थे सी? श्रद्धांजलि समागम दौरान मैं उत्थे ही रहा सी। बाबू राम तां मैनूं किते भी नज़र नहीं आया। बाबू राम चाह लै के आ गया सी। सोगी चेहरा हुण कुछ शांत जापदा सी। चाह पी के मेरा दोस्त फिर क्लास पढ़ाउण चलिया गया सी। बाबू राम नूं मैं पुछया, बाबू राम कल जदों बबली दी देह आई सी तूं किथे सी? मैं वहीं पर ही था। बाबू राम ने अखां दे कोए पूंजे। मैं बबली को देखना चाहता था। वैन आई तो लोग इकट्ठे हो गए। मैं भीड़ से निकलकर बबली तक पहुंचना चाहता था, पर नहीं पहुंच सका। धक्कों ने मुझे पीछे धकेल दिया और वहां एक कोने में खड़ा रहा, रोता रहा। बाबू राम सचमुच रो पिया, फिर कहन लगा, 3 दिन से मैंने खाना नहीं खाया, मुझसे खाया ही नहीं गया। रोंदे बच्चे नूं हसाउण वाला बाबू राम बच्चों वांग रो पिया। आपको नहीं पता कि बबली कितनी अच्छी थी, सब बच्चों से बिल्कुल अलग। जितने पैसे वो मांगती मैं देता, कभी इनकार नहीं किया। उसका बाप उसे आगे नहीं पढ़ाना चाहता था। हमारे कमांड में रहते हैं ये लोग। मुझे पता था कि बबली अच्छा खेलती है, हमारे भाईचारे में कोई भी जैसा नहीं हुआ। मुझे उसमें कुछ नज़र आया तो मैंने उसे बोला कि पैसे की चिंता ना कर, मैं दूंगा, मुझे वो बाबा कहती थी। हमको उम्मीदें थी कि बबली हमारे भाईचारे का नाम ऊंचा करेगी, पर उसको भी बाबू राम डुसकन लगा। मेरी अखां अगे कल वाली सोगी चेहरे की भीड़ की तस्वीर धुंधली हो गई।
ਬਾਬੂ ਰਾਮ ਦਾ ਉਦਾਸ ਵਜੂਦ ਇਹਨਾਂ ਸਾਰਿਆਂ ਚਿਹਰਿਆਂ ਉੱਤੇ ਫੈਲ ਗਿਆ। ਬਾਬੂ ਰਾਮ ਤਾਂ ਸੱਚਮੁੱਚ ਉਦਾਸ ਸੀ। ਦੋਸਤੋ, ਇਹ ਸੀ ਕੁਲਦੀਪ ਸਿੰਘ ਬੇਦੀ ਦੀ ਕਹਾਣੀ ਬਾਬੂ ਰਾਮ ਉਦਾਸ ਹੈ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਸ ਬਾਰੇ ਆਪਣਾ ਪ੍ਰਤੀਕਰਮ ਜ਼ਰੂਰ ਦਿਓ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।